ਜਿਹੜਾ ਹੈਗਾ ਉਹ ਪ੍ਰਸ਼ਾਦੇ ਦਾ ਇਸ ਵੇਲੇ ਹੈਗਾ ਤੁਸੀਂ ਲੰਗਰ ਦੇਖ ਸਕਦੇ ਹੋ ਕਿਵੇਂ ਲਗਾਤਾਰ ਇਹ ਉਹ ਤਸਵੀਰਾਂ ਨੇ ਪ੍ਰਸ਼ਾਦਾ ਛਕਾਇਆ ਜਾ ਰਿਹਾ ਹੈ ਜਦੋਂ ਆਪਾਂ ਗੱਲ ਕਰਦੇ ਹਾਂ ਕਿਸਾਨਾਂ ਦੀ ਜਥੇਬੰਦੀਆਂ ਦੇ ਨਾਲ ਇਕੱਤਰਤਾ ਤੇ ਪਿਆਰ ਭਾਵਨਾ ਦੀ ਗੱਲ ਕਰਦੇ ਹਾਂ ਏਕੇ ਦੀ ਗੱਲ ਕਰਦੇ ਹਾਂ ਤਾਂ ਏਕਤਾ ਜਿਹੜੀ ਹੈ ਤੁਸੀਂ ਬਿਲਕੁਲ ਬੜੀ ਦੂਰ ਤੱਕ ਲਗਾਤਾਰ ਲੰਗਰ ਪ੍ਰਸ਼ਾਦਾ ਛਕਿਆ ਜਾ ਰਿਹਾ ਤੇ ਇੱਥੇ ਹਿੰਦੂ ਵੀਰ ਵੀ ਬੈਠੇ ਨੇ ਸਿੱਖ ਵੀਰ ਵੀ ਬੈਠੇ ਨੇ ਮੁਸਲਮਾਨ ਵੀਰ ਵੀ ਬੈਠੇ ਨੇ ਹਰਿਆਣੇ ਵਾਲੇ ਰਾਜਸਥਾਨ ਵਾਲੇ ਪੰਜਾਬ ਤੋਂ ਤੁਸੀਂ ਸਾਰਿਆਂ ਨੂੰ ਦੇਖ ਸਕਦੇ ਹੋ ਲਗਾਤਾਰ ਇਹਨੂੰ ਕਹਿੰਦੇ ਨੇ ਗੁਰੂ ਕਾ ਲੰਗਰ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵੱਲੋਂ ਇਹ ਲੰਗਰ ਜਿਹੜਾ ਹੈਗਾ ਪਹੁੰਚਾਇਆ ਜਾਂਦਾ ਜਦੋਂ ਸਰਕਾਰ ਦੇ ਨਾਲ ਮੀਟਿੰਗ ਹੁੰਦੀ ਸੀ ਉਦੋਂ ਬੜੀ ਚਰਚਾ ਦੇ ਵਿੱਚ ਇੱਕ ਤਸਵੀਰਾਂ ਰਹੀਆਂ ਸੀ ਲਗਾਤਾਰ ਉਹ ਤਸਵੀਰਾਂ ਵਾਇਰਲ ਵੀ ਹੋ ਰਹੀਆਂ ਸੀਗੀਆਂ ਵੀ ਕਿਸਾਨ ਨੇ ਜਿਹੜੇ ਉਹ ਪ੍ਰਸ਼ਾਦਾ ਆਪਣਾ ਲੈ ਕੇ ਗਏ ਹੋਏ ਨੇ ਅਤੇ ਆਪਣਾ ਪ੍ਰਸ਼ਾਦਾ ਬੈਠ ਕੇ ਉਹਨਾਂ ਨੇ ਛਕਿਆ ਹੈ ਜੋ ਟਿਫਨ ਦੇ ਵਿੱਚ ਪੈਕ ਕਰਕੇ ਲੈ ਕੇ ਗਏ ਸੀ ਇੱਥੇ ਤੁਸੀਂ ਦੇਖ ਸਕਦੇ ਹੋ ਏਕਤਾ ਦਾ ਸਬੂਤ ਗੁਰੂ ਕਾ ਲੰਗਰ ਜਿਹਨੂੰ ਆਪਾਂ ਕਹਿੰਦੇ ਹਾਂ ਜੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਹੜਾ ਹੈਗਾ ਉਹ ਭੇਜਿਆ ਜਾਂਦਾ ਹੈ ਆਏ ਦਿਨ ਤੁਸੀਂ ਦੇਖ ਸਕਦੇ ਹੋ ਜਦੋਂ ਵੀ ਚਾਹੇ ਸਰਕਾਰ ਦੇ ਨਾਲ ਮੀਟਿੰਗ ਹੁੰਦੀ ਰਹੀ ਹੈ ਚਾਹੇ ਹੋਰ ਕਿਤੇ ਵੀ ਜ਼ਰੂਰਤ ਹੋਵੇ ਜੇ ਬਾਰਡਰਾਂ ਦੀ ਵੀ ਆਪਾਂ ਗੱਲ ਕਰਦੇ ਹਾਂ ਤਾਂ ਬਾਰਡਰਾਂ ਦੇ ਉੱਪਰ ਵੀ ਜਿਹੜਾ ਹੈਗਾ ਉਹ ਪਹਿਲੇ ਦਿਨ ਤੋਂ ਹੀ ਜਿਹੜੀ ਹੈਗੀ ਹੈ ਉਹ ਦਿੱਲੀ ਸਿੱਖ ਮੈਨੇਜਮੈਂਟ ਕਮੇਟੀ ਜਿਹੜੀ ਹੈ ਉਹ ਲੰਗਰ ਲਾ ਰਹੀ ਹੈ ਇਹ ਲਗਾਤਾਰ ਉਹ ਤਸਵੀਰਾਂ ਨੇ ਏਕੇ ਦਾ ਸਬੂਤ ਦਿੰਦੀਆਂ ਹੋਈਆਂ ਉਹ ਤਸਵੀਰਾਂ ਬੜੀ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਸਿੱਖ ਵੀਰ ਵੀ ਬੈਠੇ ਨੇ ਤੁਹਾਨੂੰ ਦਸਤਾਰਾਂ ਵੀ ਮਿਲਣਗੀਆਂ ਦਸਤਾਰਾਂ ਦੇ ਨਾਲ ਨਾਲ ਹਿੰਦੂ ਵੀਰ ਵੀ ਤੁਹਾਨੂੰ ਮਿਲਣਗੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਹੈ ਏਕਤਾ ਦਾ ਸਬੂਤ ਦਿੱਤਾ ਜਾ ਰਿਹਾ ਹੈਗਾ ਏਕੇ ਦਾ ਸਬੂਤ ਦਿੱਤਾ ਜਾ ਰਿਹਾ ਹੈਗਾ ਆਪਸੀ ਪਿਆਰ ਭਾਵਨਾ ਆਪਸੀ ਇਤਫਾਕ ਇੱਕ ਦੂਜੇ ਦੇ ਨਾਲ ਆਪਾਂ ਇੰਝ ਕਹਿ ਸਕਦੇ ਹਾਂ ਵੀ ਕਿਸਾਨੀ ਸੰਘਰਸ਼ ਨੇ ਹਰ ਇੱਕ ਨੂੰ ਇਕੱਠਿਆਂ ਕਰ ਦਿੱਤਾ ਹੈ ਅੱਜ ਇੱਥੇ ਕੋਈ ਹਿੰਦੂ ਨਹੀਂ ਰਿਹਾ ਅੱਜ ਇੱਥੇ ਕੋਈ ਮੁਸਲਮਾਨ ਜਾਂ ਈਸਾਈ ਜੈਨੀ ਬੋਧੀ ਸਿੱਖ ਨਹੀਂ ਰਿਹਾ ਅੱਜ ਸਾਰੇ ਤੁਹਾਨੂੰ ਇੱਥੇ ਇਨਸਾਨ ਮਿਲਣਗੇ ਤੁਸੀਂ ਇਨਸਾਨੀਅਤ ਦੇਖ ਸਕਦੇ ਹੋ ਬੜੀ ਦੂਰ ਤੱਕ ਦੀਆਂ ਤਸਵੀਰਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਸਿੱਖਾਂ ਦੇ ਵਿੱਚ ਜਿਹੜਾ ਹੈ ਉਹ ਨਿਵੇਕਲੇ ਉਪਰਾਲੇ ਨੇ ਲੰਗਰ ਨੂੰ ਲੈ ਕੇ ਜਿੱਥੇ ਵੀ ਲੋੜ ਹੁੰਦੀ ਹੈ ਬਗੈਰ ਜਾਤ ਪਾਤ ਬਰਾਦਰੀ ਧਰਮ ਨੂੰ ਛੱਡ ਕੇ ਸਿੱਖ ਜਿਹੜੀ ਕੌਮ ਹੈ ਉਹ ਹਰ ਜਗ੍ਹਾ ਦੇ ਉੱਪਰ ਲੰਗਰ ਲਾਉਂਦੀ ਹੈ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਲੰਗਰ ਜਿਹੜਾ ਹੈਗਾ ਇੱਥੋਂ ਬਾਕਾਇਦਾ ਡਿਸਿਪਲਿਨ ਦੇ ਵਿੱਚ ਲੈ ਕੇ ਲਾਈਨ ਦੇ ਵਿੱਚ ਲਾ ਕੇ ਜਿਹੜੇ ਨੇ ਉਹ ਸਾਰੇ ਪ੍ਰਸ਼ਾਦਾ ਛਕਦੇ ਤੁਸੀਂ ਦੇਖੋਗੇ ਇਹ ਉਹ ਜਗ੍ਹਾ ਹੈ ਜਿੱਥੇ ਬਾਕਾਇਦਾ ਕਿਸਾਨਾਂ ਦੀ ਪਾਰਲੀਮੈਂਟ ਜਿਹੜੀ ਉਹ ਬੁਲਾਈ ਗਈ ਹੈ ਪ੍ਰੈਸ ਕਾਨਫਰੰਸ ਜਿਹੜੀ ਬਿਲਕੁਲ ਸਾਹਮਣੇ ਹੋ ਰਹੀ ਹੈ ਇੱਥੇ ਰੋਜ਼ਾਨਾ ਆ ਕੇ ਜਿਹੜਾ ਹੈਗੇ ਉਹ ਕਿਸਾਨ ਆਪਣਾ ਸੈਸ਼ਨ ਲਾਇਆ ਕਰਨਗੇ ਇਹ ਵੱਖਰਾ ਇੱਕ ਉਪਰਾਲਾ ਹੈ ਇੱਕ ਵੱਖਰਾ ਯਤਨ ਹੈ ਤੁਸੀਂ ਦੇਖ ਸਕਦੇ ਹੋ ਮੀਡੀਆ ਵੀ ਲਗਾਤਾਰ ਕਵਰੇਜ ਕਰਨ ਲੱਗਿਆ ਹੋਇਆ ਨੈਸ਼ਨਲ ਮੀਡੀਆ ਦੀ ਜੇ ਆਪਾਂ ਗੱਲ ਕਰਦੇ ਹਾਂ ਤਾਂ ਨੈਸ਼ਨਲ ਮੀਡੀਆ ਵੀ ਇਸ ਗੱਲ ਤੋਂ ਹੈਰਾਨ ਹੈ ਵੀ ਕਿਵੇਂ ਸਿੱਖਾਂ ਦੇ ਵੱਲੋਂ ਜਿਹੜਾ ਹੈ ਉਹ ਪ੍ਰਸ਼ਾਦਾ ਛਕਾਇਆ ਜਾ ਰਿਹਾ ਗੁਰੂ ਕੇ ਲੰਗਰ ਦੇ ਵਿੱਚ ਹਰ ਤਰ੍ਹਾਂ ਦੀ ਸੁਵਿਧਾ ਦਿੱਤੀ ਜਾ ਰਹੀ ਹੈ ਨੈਸ਼ਨਲ ਮੀਡੀਆ ਵੀ ਜਿਹੜਾ ਉਹ ਕਵਰੇਜ ਕਰ ਰਿਹਾ ਅਤੇ ਉਮੀਦ ਹੈ ਦਿਖਾਵੇਗਾ ਵੀ ਜ਼ਰੂਰ ਵੀ ਕਿਸ ਤਰ੍ਹਾਂ ਗੁਰੂ ਕਾ ਲੰਗਰ ਜਿਹੜਾ ਹੈਗਾ ਇੱਥੇ ਵਰਤਦਾ ਦਿਖ ਰਹੇਗਾ ਬੜੀਆਂ ਦੂਰ ਤੱਕ ਦੀਆਂ ਇਹ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਇੱਧਰ ਬਾਕਾਇਦਾ ਨੈਸ਼ਨਲ ਮੀਡੀਆ ਵਾਲੇ ਵੀ ਸਾਰੇ ਖੜ੍ਹੇ ਤੁਸੀਂ ਦੇਖ ਸਕਦੇ ਹੋ ਬੜੀ ਦੂਰ ਤੱਕ ਇੱਧਰਲੀ ਸਾਈਡ ਦੇਖੋ ਜਿੱਥੇ ਬਾਕਾਇਦਾ ਕਿਸਾਨਾਂ ਦਾ ਪਾਰਲੀਮੈਂਟ ਸੈਸ਼ਨ ਜਿਹੜਾ ਹੈਗਾ ਉਹ ਹੋ ਕੇ ਹਟਿਆ ਹੈ ਲਗਭਗ ਅੱਧੇ ਘੰਟੇ ਦੀ ਜਿਹੜੀ ਉਹ ਬ੍ਰੇਕ ਦਿੱਤੀ ਗਈ ਹੈ ਅੱਧੇ ਘੰਟੇ ਬਾਅਦ ਦੁਬਾਰਾ ਫਿਰ ਜਿਹੜਾ ਹੈ ਉਹ ਪਾਰਲੀਮੈਂਟ ਕਿਸਾਨਾਂ ਦੀ ਪਾਰਲੀਮੈਂਟ ਦੇ ਵਿੱਚ ਕਿਸਾਨੀ ਸੰਘਰਸ਼ ਦੀ ਕਿਸਾਨੀ ਮੁੱਦਿਆਂ ਦੀ ਗੱਲ ਹੋਵੇਗੀ ਜੁੜੇ ਰਹੋ ਸਾਡੇ ਨਾਲ ਇਸੇ ਤਰ੍ਹਾਂ ਸੁਰਖਾਵ ਟੀਵੀ 'ਤੇ ਅਗਲੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ